आनंदपुर साहब इथों पैंदा 80 तों 85 किलोमीटर लौंग इलाची सब तो घैंट जगह सो जो भी वीर मिलेंगे जाना लौंग इलाची होके जरूर जाना परौंठे और चाह एडी जबरदस्त है परौंठे तो बहुत ही घैंट ने चाह पूरी कैडी बना ਜਿਹੜੇ ਬੰਦੇ ਚਾਹੁੰਦੇ ਨੇ ਕਿ ਯਾਰ ਰਾਤ ਦਾ ਸਫ਼ਰ ਨਾ ਹੋਵੇ ਤਾਂ ਤੁਸੀਂ ਅਰਲੀ ਮਾਰਨਿੰਗ ਚੱਲੋ ਕਿਉਂਕਿ ਜਿਹੜਾ ਤੁਹਾਡਾ ਪਹਾੜੀ ਰਸਤਾ ਹੈ ਨਾ 6-7 ਘੰਟਿਆਂ ਦਾ ਉਹ ਆਰਾਮ ਨਾਲ 9-10 ਘੰਟਿਆਂ ਦਾ ਬਣ ਜਾਂਦਾ ਕਿਉਂਕਿ ਤੁਸੀਂ ਰੁਕਦੇ ਜਾਂਦੇ ਹੋ ਲਗਾਤਾਰ ਗੱਡੀ ਚਲਾਉਣਾ ਵੈਸੇ ਵੀ ਸੇਫ ਨਹੀਂ ਹੈਗਾ ਤੇ ਦੂਜਾ ਨਾ ਬੀਰ ਬਿਲਿੰਗ ਚੂਜ਼ ਕਰਨ ਦਾ ਮੇਰੇ ਕੋਲ ਰੀਜ਼ਨ ਵੀ ਇਹੀ ਸੀਗਾ ਕਿਉਂਕਿ ਸਾਡੇ ਦੋਨਾਂ ਦੀ ਇੰਨੀ ਪ੍ਰੈਫਰੈਂਸ ਨਹੀਂ ਹੁੰਦੀ ਕਿ ਅਸੀਂ ਬਹੁਤ ਜ਼ਿਆਦਾ ਮਾਊਂਟੇਨ ਏਰੀਆ ਤੇ ਜਾਈਏ ਆਫਕੋਰਸ ਕਿਉਂਕਿ ਉਹ ਉਲਟੀ ਦਾ ਚੱਕਰ ਰਹਿੰਦਾ ਜਾਂ ਆਪਣਾ ਤਬੀਅਤ ਖਰਾਬ ਹੁੰਦਾ ਬਟ ਉਹਦੇ ਕਰਕੇ ਅਸੀਂ ਕਿੱਦਾਂ ਦੀ ਜਗ੍ਹਾ ਚੁਣੀ ਜੋ ਕਿ ਠੰਡੀ ਵੀ ਹੋਵੇ ਬਟ ਉਹਨਾਂ ਜ਼ਿਆਦਾ ਪਹਾੜੀ ਇਲਾਕਾ ਨਾ ਹੋਵੇ ਹਾਂ ਠੀਕ ਡਿਸਟੈਂਸ ਹੋਵੇ ਕਿ
ਸਾਡਾ ਜਾਣਾਂ ਚ ਟਾਈਮ ਜ਼ਿਆਦਾ ਵੇਸਟ ਨਾ ਹੋ ਜਾਏ ਤੇ ਇੱਕ ਹੋਰ ਬਹੁਤ ਪਲੱਸ ਪੁਆਇੰਟ ਹੈ ਇਸ ਗੱਲ ਦਾ ਦੈਟ ਇਜ਼ ਇਹ ਅਜੇ ਕਰਾਊਡਡ ਨਹੀਂ ਹੈਗੀ ਕਿਉਂਕਿ ਜ਼ਿਆਦਾ ਲੋਕਾਂ ਚ ਫੇਮਸ ਨਹੀਂ ਹੈਗੀ 2015 ਤੋਂ ਬਾਅਦ ਹੀ ਫੇਮਸ ਹੋ ਸਕਦੀ ਹੈ ਔਰ ਮੈਨੂੰ ਇਹ ਸਮਝ ਨਹੀਂ ਕਿ ਫੇਮਸ ਕਿਉਂ ਨਹੀਂ ਹੈਗੀ ਔਰ ਸੀਰੀਅਸਲੀ ਬੜੀ ਕੈਂਡ ਜਗ੍ਹਾ ਯਾਰ ਤਾਂ ਇਸ ਲਈ ਅਸੀਂ ਕਿਉਂਕਿ ਕਰਾਊਡਡ ਨਹੀਂ ਸੀ ਤਾਂ ਸਾਨੂੰ ਹੁੰਦਾ ਕਿ ਯਾਰ ਰਸ਼ ਵਾਲੀ ਜਗ੍ਹਾ ਤੇ ਨਾ ਜਾਈਏ ਕਿਉਂਕਿ ਸ਼ਿਮਲਾ ਤੇ ਸੋਲਿਡ ਐਂਡ ਹਾਜ਼ੀ ਹੁਣ ਹੋ ਚੁੱਕਾ ਹੈ ਤਾਂ ਹੁਣ ਕਿਤੇ ਡਿਫਰੈਂਟ ਚੱਲੀਏ ਤਾਂ ਬਾਈ ਚਾਂਸ ਸਾਨੂੰ ਜਗ੍ਹਾ ਮਿਲ ਗਈ ਰੈਂਟ ਤੇ ਅਸੀਂ ਪਹੁੰਚ ਗਏ ਉੱਥੇ ਸੋ ਆਪਾਂ ਰਸਤੇ 'ਚ ਜਾਂਦੇ ਗਏ ਜੀ ਵਧੀਆ ਸਫ਼ਰ ਆ ਔਰ ਇੱਕ ਸਭ ਤੋਂ ਵੱਡੀ ਗੱਲ ਜਦੋਂ ਵੀ ਆਪਾਂ ਹਿੱਲੀ ਏਰੀਆ ਦੇ ਵਿੱਚ ਜਾਂਦੇ ਆ ਨਾ ਸਾਡੇ ਦਿਮਾਗ 'ਚ ਹੁੰਦਾ ਕਿ ਯਾਰ ਪਤਾ ਨਹੀਂ ਰਸਤਾ ਕਿੱਦਾਂ ਦਾ ਹੋਊਗਾ ਇੰਨਾ ਟਿਪ ਟੋਪ ਰਸਤਾ ਨਾ ਐਨਐਚ ਦੇ ਮਤਲਬ ਨੈਸ਼ਨਲ ਹਾਈਵੇ ਪੈਂਦਾ ਉਹ ਆਲਮੋਸਟ 290 ਕਿਲੋਮੀਟਰ ਸਹਿਣਾ ਤੁਹਾਨੂੰ ਮੈਂ 285 ਕਿਲੋਮੀਟਰ ਤੱਕ ਬਿਲਕੁਲ ਡਬਲ ਹੈ ਸੜਕ ਜਾਣੀ ਕਿ ਜਿਹਨੇ ਉੱਧਰ ਤੋਂ ਜਾਣਾ ਉੱਧਰ ਜਾ ਸਕਦਾ ਇੱਧਰ ਜਾਣਾ ਇੱਧਰ ਖੁੱਲ੍ਹੀ ਸੜਕ ਪੂਰੀ ਉੱਪਰ ਜਾ ਕੇ ਥੋੜੀ ਜਿਹੀ ਸਿੰਗਲ ਹੁੰਦੀ ਆ ਅਦਰਵਾਈਜ਼ ਪੂਰੀ ਸੜਕ ਬੜੀ ਜ਼ਬਰਦਸਤ ਤੁਸੀਂ ਆਰਾਮ ਨਾਲ ਆਪਣੇ ਆਪ ਡਰਾਈਵ ਕਰਕੇ ਜਾ ਸਕਦੇ ਹੋ ਇਟ ਇਜ਼ ਕੰਫਰਟੇਬਲ ਕਿ ਤੁਸੀਂ ਉੱਥੇ ਮਤਲਬ ਆਪਣੀ ਡਰਾਈਵ ਦੇ ਥਰੂ ਪਹੁੰਚ ਸਕਦੇ ਹੋ ਔਰ ਅਸੀਂ ਆਪਣੀ ਪ੍ਰੈਫਰੈਂਸ ਆਪਣੀ ਡਰਾਈਵ ਕਰਨ ਦੀ ਸੀ ਤਾਂ ਹੀ ਮਤਲਬ ਤੁਹਾਨੂੰ ਇਦਾਂ ਲੋੜ ਨਹੀਂ ਹੈ ਕਿ ਡਰਾਈਵਰ ਕਰਨਾ ਪਊਗਾ ਜਾਂ ਕੁਝ ਹੋਰ ਕਰਨਾ ਪਊਗਾ ਕਿਹੜੀ ਸਸੀ ਲੋੜ ਨਹੀਂ ਹੈਗੀ ਨਾਰਮਲ ਗੱਡੀ ਵੀ ਜਾਏ ਤੁਹਾਡੇ ਕੋਲ ਜੇ ਉਹ ਵੀ ਨਾਲ ਉੱਪਰ ਜਾ ਸਕਦੀ ਆ ਸੋ ਰਸਤੇ ਜਾਂਦੇ ਰਹੇ ਜੀ ਤੇ ਰਸਤੇ ਜਾ ਕੇ ਅਸੀਂ ਇੱਕ ਹੋਰ ਘੈਂਟ ਦੀ ਜਗ੍ਹਾ ਦੇਖੀ ਸੀਗੀ ਪਰ ਉਹਦਾ ਵੀ ਤੁਹਾਨੂੰ ਰਿਵਿਊ ਦਿੰਦਾ ਜਿਹੜੀ ਜਿੱਥੇ ਘੱਟਾ ਉੱਪਰ ਜਾ ਕੇ ਆਪਾਂ ਘੱਟਾ ਨਹੀਂ ਗਏ ਸੀਗੇ ਜਿੱਥੇ ਬੈਠੇ ਸੀਗੇ ਜਿੱਥੇ ਖਾਧਾ ਹੈ ਨਹੀਂ ਆਪਣੇ ਕੁਛ ਤਾਂ ਅਸੀਂ ਉੱਥੇ ਪਹੁੰਚੇ ਜੀ ਘੱਟਾ ਪੁਆਇੰਟ ਸੀਗਾ ਇੱਕ ਤੋਂ ਦਾ ਨਾਮ ਸੀਗਾ ਬਹੁਤ ਫੇਮਸ ਹੈ ਜੀ ਉਹ ਮਹਿੰਗਾ ਸੀਗਾ ਚਲੋ ਹਨਾ ਥੋੜਾ ਹੀ ਕਮ ਰਹਿ ਗਿਆ ਨੋ ਡਾਊਟ ਦੇਖਣ ਵਿੱਚ ਵੀ ਬਹੁਤ ਵਧੀਆ ਸੀ ਕਿਉਂਕਿ ਸਿੱਧਾ ਹੀ ਵਿਊ ਸੀਗਾ ਔਰ ਜਿੱਥੇ ਰੈਸਟੋਰੈਂਟ ਹੈ ਨਾ ਤਾਂ ਵਿਊ ਬਹੁਤ ਜ਼ਿਆਦਾ ਘੈਂਟ ਹੈ ਤਾਂ ਪਿਕਚਰਸ ਵਾਸਤੇ ਰਿਫਰੈਸ਼ਮੈਂਟ ਵਾਸਤੇ ਔਰ ਸਾਰੀਆਂ ਚੀਜ਼ਾਂ ਦੀ ਅਵੇਲੇਬਿਲਟੀ ਹੈ ਅਸੀਂ ਵਾਸ਼ਰੂਮ ਵਗੈਰਾ ਚਲੇ ਗਏ ਫਰੈਸ਼ਨ ਅਪ ਹੋ ਗਏ ਸਾਰਾ ਕੁਝ ਹੋ ਗਿਆ ਫਿਰ ਅਸੀਂ ਕਰਨ ਲੱਗੇ ਬੜੀ ਉਮੀਦਾਂ ਨਾਲ ਉੱਥੇ ਆਰਡਰ ਉਹ ਕਹਿੰਦੇ ਜੀ ਸਾਡਾ ਘੱਟਾ ਹੋ ਗਿਆ ਕਹਿੰਦੇ ਤੁਹਾਡੇ ਤੋਂ ਪਹਿਲਾਂ ਆਰਡਰ ਲੱਗਿਆ ਹੋਇਆ ਜੀ ਤੁਹਾਨੂੰ 20-25 ਮਿੰਟ ਲੱਗਣੇ ਨੇ ਇੰਨੇ ਟਾਈਮ ਤੁਹਾਨੂੰ ਉੱਪਰ ਮੰਜ਼ੂਰ ਲੱਗਣਾ ਸੀ ਵੀ ਵੀ ਡਿਸਾਈਡਡ ਕਿ ਆਪਾਂ ਇੱਥੋਂ ਚੱਲਾਂਗੇ ਤੇ ਆਪਾਂ ਜਿੱਥੇ ਫਾਈਨਲੀ ਜਾਣਾ ਜਿੱਥੇ ਅਸੀਂ ਬੁੱਕ ਕੀਤਾ ਹੋਇਆ ਅਸੀਂ ਜਿੱਥੇ ਸਟੇ ਬੁੱਕ ਕੀਤਾ ਸੀਗਾ ਨਾ ਉਹ ਬੀਰ ਦੀ ਸਿਟੀ ਤੋਂ ਲੰਘ ਕੇ ਉੱਪਰ ਹਿਲਸ ਵੱਲ ਸੀਗਾ ਬਿਕੋਜ਼ ਇਹ ਟੈਂਟਡ ਏਰੀਆ ਸੀ 2-3 ਕਿਲੋਮੀਟਰ ਦਾ ਇਹਦਾ ਰਸਤਾ ਹੈ ਐਡਾ ਜ਼ਿਆਦਾ ਖਤਰਨਾਕ ਹੈ ਨਾ ਅਸੀਂ ਉਹ ਬੁੱਕ ਕੀਤਾ ਸੀ ਕੈਂਪੋਕ ਵਿਊ ਹਾਂ ਉਹ ਬੀਰ ਬਿਲਿੰਗ ਤੋਂ ਉੱਪਰ ਜਾ ਕੇ ਆ ਜਾਣੇ ਕਿ ਉੱਪਰਲੇ ਜੋਂ ਬੀਰ ਤੋਂ ਉੱਪਰ ਜਾ ਕੇ ਬਿਲਿੰਗ ਉੱਪਰ ਉਹਦੇ ਵਿੱਚ ਵਿਚਾਲੇ ਪੈਂਦਾ ਕੈਂਪੋਕ ਵਿਊ ਸੋ ਅਸੀਂ ਉੱਥੇ ਬੁੱਕ ਕਰ ਲਿਆ ਬੁੱਕ ਅਸੀਂ ਇਸ ਲਈ ਕਰਿਆ ਸੀ ਕਿਉਂਕਿ ਉੱਥੇ ਅਲੱਗ ਜਿਹਾ ਐਕਸਪੀਰੀਅੰਸ ਹੈ ਕਿਉਂਕਿ ਟੈਂਟਸ ਦੇ ਵਿੱਚ ਰਹਿਣਾ ਹੁੰਦਾ ਬੜੇ ਉੱਚੇ ਚੱਕੇ ਜਿਹੇ ਟੈਂਟ ਨੇ ਬਹੁਤ ਅੱਛਾ ਵਿਊ ਤੁਸੀਂ ਦੇਖਿਆ ਹੋਏਗਾ ਬਲੌਗ ਤੇ ਰਸਤਾ ਇੰਨਾ ਜ਼ਬਰਦਸਤ ਆ ਇੰਨਾ ਖਤਰਨਾਕ ਆ ਸਿੰਗਲ ਟੁੱਟੀ ਹੋਈ ਸੜਕ ਔਰ ਜਦੋਂ ਉਹਦੇ ਓਨਰ ਨੂੰ ਪੁੱਛਿਆ ਨਾ ਕਿ ਇੱਥੇ ਆਉਣਾ ਇਦਾਂ ਰਸਤਾ ਕਿਵੇਂ ਬਣਾਉਂਦੇ ਹੋ ਕਹਿੰਦਾ ਜੀ ਤੁਹਾਨੂੰ ਪਤਾ ਕਿਵੇਂ ਲੱਗੂ ਤੁਸੀਂ ਸਾਡੇ ਕੋਲ ਆਏ ਐਗਜ਼ੈਕਟਲੀ ਤੇ ਦੂਜਾ ਕਹਿੰਦਾ ਕਿ ਜੇ ਇੱਥੇ ਪ੍ਰੋਪਰ ਰੋਡਸ ਹੋਏਗੀਆਂ ਸਾਰਾ ਕੁਝ ਹੋਗਾ ਫਿਰ ਤਾਂ ਸਾਰੇ ਲੋਕ ਇੱਥੇ ਆਉਣਾ ਸ਼ੁਰੂ ਕਰ ਜਾਣਗੇ ਤਾਂ ਇਹ ਵੀ ਪੋਪੂਲੇਟਡ ਏਰੀਆ ਹੋ ਜਾਏਗਾ ਤਾਂ ਉਹਦੀ ਤੁਹਾਨੂੰ ਕੋਸਟ ਦੱਸ ਦਿੰਦੇ ਆ ਜੀ ਸਾਨੂੰ ਜੋ ਦੋ ਟੈਂਟਸ ਅਸੀਂ ਲਿੱਤੇ ਸੀਗੇ ਤੇ ਪਲੱਸ ਉਹਦੇ ਵਿੱਚ ਇਨਕਲੂਡਡ ਸੀਗਾ ਡਿਨਰ ਐਂਡ ਬ੍ਰੇਕਫਾਸਟ ਤਾਂ ਦੋਨੋਂ ਚੀਜ਼ਾਂ ਦੋ ਮੀਲਸ ਮਤਲਬ ਬੇਸਿਕਲੀ ਇਨਕਲੂਡਡ ਸੀ ਤਾਂ ਸਾਨੂੰ ਟੋਟਲ ਪਿਆ 10,500 ਦਾ 10,500 ਦੇ ਵਿੱਚ 5 ਬੰਦਿਆਂ ਦਾ ਰਹਿਣਾ ਖਾਣਾ ਮਤਲਬ ਕਿ ਬ੍ਰੇਕਫਾਸਟ ਤੇ ਡਿਨਰ ਸਭ ਕੁਝ ਹੋ ਗਿਆ ਦੂਜਾ ਉੱਥੇ ਦਾ ਜਿਹੜਾ ਹੋਸਟ ਹੈ ਦੈਟ ਇਜ਼ ਰਾਹੁਲ ਤਾਂ ਰਾਹੁਲ ਨੇ ਇੰਨੀ ਟੇਕ ਕੇਅਰ ਕੀਤੀ ਤਾਂ ਮਤਲਬ ਅਸੀਂ ਉੱਥੇ ਜਿਹੜੀ ਚਾਹ ਕਾਫੀ ਪੀਤੀ ਜੋ ਐਕਸਟਰਾ ਪਾਣੀ ਵੀ ਮਤਲਬ ਹੀ ਵਾਸ ਵੈਰੀ ਗੁੱਡ ਬੋਨਫਾਇਰ ਦਾ ਜਿਹੜਾ ਪਾਰਟ ਉੱਥੇ ਉਹ ਬਹੁਤ ਵਧੀਆ ਹੈ ਉਹ ਸਾਰਾ ਜਗ੍ਹਾ ਬਹੁਤ ਵਧੀਆ ਹੈ ਜਦੋਂ ਤੁਸੀਂ ਉੱਥੇ ਹਾਂ 뮤직 ਹੈ ਜਦੋਂ ਤੁਸੀਂ ਉੱਥੇ ਰਹੋਗੇ ਤਾਂ ਤੁਹਾਨੂੰ ਅਲੱਗ ਜਿਹਾ ਪੀਸ ਹੋਊਗਾ ਕਿਉਂਕਿ ਤੁਹਾਨੂੰ ਬਿਲਕੁਲ ਵੀ ਆਵਾਜ਼ ਨਹੀਂ ਆਉਣੀ ਕੋਈ ਸ਼ੋਰ ਨਹੀਂ ਸ਼ਰਾਬਾ ਨਹੀਂ ਕੋਈ ਗੱਡੀ ਦੀ ਚੀਜ਼ ਹੀ ਬੈਂਬੇ ਨਹੀਂ ਹੈਗੀ ਵਰਡਸ ਦੀ ਆਵਾਜ਼ ਆਊਗੀ ਚਹਿਕਦਿਆਂ ਦੀ ਔਰ ਮਜ਼ਾ ਆਉਂਦਾ ਯਾਰ ਉੱਥੇ ਕੁਝ ਆ ਮਤਲਬ ਅਸੀਂ ਜਿਵੇਂ ਵੈਜੀਟੇਰੀਅਨ ਆ ਤਾਂ ਆਫ ਕੋਰਸ ਜਿਹੜੇ ਨਾਨ ਵੈਜੀਟੇਰੀਅਨ ਦਾ ਉਹਨਾਂ ਲਈ ਹੋਰ ਆਪਸ਼ਨਸ ਹੋਣਗੇ ਬਟ ਸਾਡੇ ਲਈ ਵੀ ਸਫੀਸ਼ੀਐਂਟ ਅਮਾਉਂਟ ਆਫ ਆਪਸ਼ਨ ਸੀਗੇ ਜਿਹਦੇ ਕਰਕੇ ਸਾਡਾ ਡਿਨਰ ਵੀ ਬਹੁਤ ਅੱਛਾ ਸੀਗਾ ਤੇ ਸਾਡਾ ਜਿਹੜਾ ਬ੍ਰੇਕਫਾਸਟ ਹੈ ਉਹ ਵੀ ਬਹੁਤ ਅੱਛਾ ਸੀ ਤੇ ਕੁਆਲਿਟੀ ਖਾਣੇ ਦੀ ਵੀ ਬਹੁਤ ਅੱਛੀ ਸੀ ਸੋ ਆਲ ਇਨ ਆਲ ਯੈਸ ਸਾਡਾ ਕੋਸਟ ਲੱਗਿਆ ਉੱਥੇ ਬਿਕੋਜ਼ ਸਾਨੂੰ ਸੀਗਾ ਕਿ ਇੱਕ ਅਲੱਗ ਐਕਸਪੀਰੀਅੰਸ ਕਰ ਲਈਏ ਬਟ ਵਰਥ ਇਟ ਸੀਗਾ ਯੈਸ ਤੇ ਦੂਜਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਲੈਟਸ ਸਪੋਜ਼ ਕੋਈ ਨਹੀਂ ਜਾਣਾ ਚਾਹੁੰਦਾ ਕਿ 5000 ਤੇ ਸਟੇ ਨਹੀਂ ਕਰਨਾ ਚਾਹੁੰਦਾ ਦੇਰ ਆਰ ਐਨ ਨੰਬਰ ਆਫ ਆਪਸ਼ਨਸ ਅਵੇਲੇਬਲ ਵੀ ਬਿਲਿੰਗ ਇਹ ਦਿੱਤਾ ਦੀ ਜਗ੍ਹਾ ਹੈ ਜਿੱਥੇ ਹੋਸਟਲਸ ਬਣੇ ਹੋਏ ਨੇ ਹੋਸਟਲਸ ਵੀ ਹੈ ਹੋਮ ਸਟੇਜ਼ ਵੀ ਹੈਗੇ ਨੇ ਤਾਂ ਤੁਹਾਨੂੰ ਮਤਲਬ 1000 ਤੋਂ ਹਾਂ 1000 ਤੋਂ ਸਟੇ ਸਟਾਰਟ ਹੋ ਜਾਣਗੇ ਤੇ ਉਹਨੂੰ ਤੁਸੀਂ ਆਪਣੇ ਕੋਸਟ ਤੇ ਆਪਣੇ ਬਜਟ ਦੇ ਹਿਸਾਬ ਨਾਲ ਕਰ ਸਕਦੇ ਹੋ ਲੱਭਨੇ ਕਿਵੇਂ ਜਦੋਂ ਤੁਸੀਂ ਬੀਰ ਪਹੁੰਚ ਜਾਓਗੇ ਨਾ ਤੁਹਾਨੂੰ ਆਲੇ ਦੁਆਲੇ ਦਿਖਣਾ ਹੀ ਸਾਰਾ ਕੁਝ ਹੋਏ ਔਰ ਸਭ ਤੋਂ ਵੱਡੀ ਗੱਲ ਦੱਸਣ ਦੀ ਮਾਰਚ ਤੋਂ ਲੈ ਕੇ ਜੂਨ ਤੱਕ ਸਭ ਤੋਂ ਬੈਸਟ ਟਾਈਮ ਹੁੰਦਾ ਬੀਰ ਬਿਲਿੰਗ ਦੇ ਵਿੱਚ ਜਾਣ ਵਾਸਤੇ ਕਿਉਂਕਿ ਉਸ ਤੋਂ ਬਾਅਦ ਉੱਥੇ ਬਰਫ਼ ਜੀ ਬਣੀ ਸ਼ੁਰੂ ਮਤਲਬ ਅਗਰ ਪੈਰਾਗਲਾਈਡਿੰਗ ਕਰਨੀ ਹੈ ਨਾ ਜਦੋਂ ਸਨੋ ਏਰੀਆ ਹੁੰਦਾ ਹੈ ਫਿਰ ਜਦੋਂ ਰੇਨੀ ਸੀਜ਼ਨ ਹੁੰਦਾ ਤਾਂ ਰੇਨੀ ਸੀਜ਼ਨ ਵਿੱਚ ਕੀ ਹੁੰਦਾ ਕਿ ਪੈਰਾਗਲਾਈਡਿੰਗ ਨਹੀਂ ਹੋ ਪਾਉਂਦੀ ਤਾਂ ਆਫਕੋਰਸ ਅਗਰ ਤੁਸੀਂ ਜਾ ਹੀ ਰਹੇ ਹੋ ਬੀਰ ਬਿਲਿੰਗ ਔਰ ਤੁਸੀਂ ਪੈਰਾਗਲਾਈਡਿੰਗ ਨਹੀਂ ਕੀਤੀ ਤਾਂ ਫਾਇਦਾ ਨਹੀਂ ਹੈ ਤਾਂ ਮੋਸਟ ਪ੍ਰੈਫਰ ਇਹ ਹੀ ਹੁੰਦਾ ਤੇ ਨਾਲੇ ਇੱਕ ਹੋਰ ਚੀਜ਼ ਹੈ ਇਹ ਨਹੀਂ ਹੈਗਾ ਕਿ ਬਿਕੋਜ਼ ਇਟ ਇਜ਼ ਅ ਹਿਲੀ ਏਰੀਆ ਬਹੁਤ ਜ਼ਿਆਦਾ ਠੰਡ ਹੈ ਨਹੀਂ ਅਸੀਂ ਲੈ ਕੇ ਗਏ ਸੀ
ਮਨਵੀਤ ਕੌਰ ਕਿਉਂਕਿ ਨਜ਼ਾਰੇ ਲੈਣੇ ਉੱਥੇ ਕੈਫੇ ਕਿਉਂਕਿ ਮੈਨੂੰ ਤੇ ਮੇਰੀ ਸਿਸਟਰ ਨੂੰ ਸੁਪ੍ਰੀਤ ਤੇ ਸਾਨੂੰ ਦੋਨਾਂ ਨੂੰ ਖਾਣ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਤੇ ਨਵਾਂ ਨਵਾਂ ਐਕਸਪਲੋਰ ਕਰਨ ਦਾ ਇੰਨਾ ਸ਼ੌਂਕ ਹੈ ਜਿਹੜਾ ਬੰਦਾ ਖਾਣ ਦਾ ਚਾਹਵਾਨ ਹੈ 100-200 ਤੋਂ ਜ਼ਿਆਦਾ ਕੈਫੇ ਨੇ ਉੱਥੇ ਯਾਰ ਔਰ ਇੰਨੇ ਸੋਹਣੇ ਕੈਫੇ ਇੰਨਾ ਸੋਹਣਾ ਐਂਬੀਐਂਸ ਇੰਨਾ ਸੋਹਣਾ ਖਾਣੇ ਦੀ ਕੁਆਲਿਟੀ ਮਤਲਬ ਤੁਹਾਨੂੰ ਖਾਣੇ ਨਾਲ ਦੇਖ ਕੇ ਪਿਆਰ ਹੋ ਜਾਂਦਾ ਇੱਕ ਤਰ੍ਹਾਂ ਦਾ ਤੁਹਾਡਾ ਮਨ ਜਿਵੇਂ ਹੁਣ ਤੁਹਾਨੂੰ ਮਨਵੀਤ ਦੇ ਦੱਸਦੇ ਵੀ ਅੰਦਰ ਖਾ ਰਿਹਾ ਨਾ ਉਹ ਕੀ ਕਰ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਜਿਹੜਾ ਕੈਫੇ ਟਰਾਈ ਕੀਤਾ ਜੀ ਦੈਟ ਵਾਸ ਦ ਨਰਦਨ ਕੈਫੇ ਨਰਦਨ ਕੈਫੇ ਤੁਸੀਂ ਬੀਬਲਿੰਗ ਤੇ ਗੂਗਲ ਤੇ ਜਿੱਥੇ ਸਰਚ ਮਾਰੋ ਬੈਸਟ ਕੈਫੇ ਤੁਹਾਨੂੰ ਸਭ ਤੋਂ ਉੱਪਰ ਉਹਦਾ ਨਾਮ ਦਿਖੇਗਾ ਔਰ ਰੀਜ਼ਨ ਉਹਦੇ ਵਿੱਚ ਹਾਂ ਕਿਉਂਕਿ ਉਹ ਬਣਿਆ ਹੋਇਆ ਥੋੜਾ ਉੱਪਰ ਚੜ੍ਹ ਪਹਿਲਾਂ ਤਾਂ ਉੱਥੇ ਤੁਹਾਨੂੰ ਪਹੁੰਚਣ ਲਈ ਥੋੜੀ ਸ਼ਿੱਦਤ ਕਰਨੀ ਪੈਗੀ ਕਿਉਂਕਿ ਥੋੜੀ ਜਿਹੀ ਟਰੈਕਿੰਗ ਹੈ ਪਰ ਬਹੁਤ ਛੋਟਾ ਜਿਹਾ ਡਿਸਟੈਂਸ ਹੈ ਤੇ ਤੁਸੀਂ ਉੱਥੇ ਜਾਓਗੇ ਨਾ ਬਿਲਕੁਲ ਖੁੱਲਾ ਇਨਵਾਇਰਮੈਂਟ ਔਰ ਉਹਨਾਂ ਦੇ ਨੀਚੇ ਸ਼ੂਜ਼ ਉਤਾਰਨੇ ਉੱਪਰ ਪੌੜੀਆਂ ਚੜ੍ਹਨੀਆਂ ਨੇ ਨੀਵਾ ਹੋ ਕੇ ਕਹਿੰਦੇ ਨੀਵਾ ਹੋ ਕੇ ਆਏ ਬੰਦਾ ਤੇ ਉੱਥੇ ਆਰਾਮ ਨਾਲ ਬੈਠਣਾ ਠੰਡੀ ਹਵਾ ਚੱਲ ਰਹੀ ਹੈ ਥੋੜੀ ਥੋੜੀ ਧੁੱਪ ਲੱਗ ਰਹੀ ਹੈ ਤੇ ਉਹਨਾਂ ਕੋਲ ਖਾਣ ਲਈ ਬਹੁਤ ਸਾਰੇ ਆਪਸ਼ਨਸ ਨੇ ਅਸੀਂ ਜੋ ਆਰਡਰ ਕੀਤਾ ਸੀਗਾ ਅਸੀਂ ਪਾਸਤਾ ਆਰਡਰ ਕੀਤਾ ਸੀਗਾ ਅਸੀਂ ਨੂਡਲਸ ਆਰਡਰ ਕਰੇ ਜੀ ਅਸੀਂ ਨੇ ਆਪਾਂ ਹੋਰ ਕੀ ਕਰੀ ਕਾਫੀ ਆਰਡਰ ਕੀਤੀ ਸੀਗੀ ਸ਼ੇਕਸ ਆਰਡਰ ਕੀਤੇ ਸੀ ਮਿੰਟ ਵਾਲਾ ਲੈਮਨ ਜਾਂ ਕੀ ਆਉਂਦਾ ਤੇ ਅਸੀਂ ਉੱਥੇ ਦਾ ਸੂਡੂ ਪਤਾ ਨਹੀਂ ਕਿਹਾ ਸੀ ਨਾ ਵੈਸੀ ਕੁਝ ਉੱਥੇ ਦੀ ਆਪਾਂ ਟ੍ਰੈਡੀਸ਼ਨਲ ਡਿਸ਼ ਵੀ ਟਰਾਈ ਕੀਤੀ ਸੀ ਯੈਸ ਤੇ ਬਹੁਤ ਸਾਰਾ ਕੁਝ ਸਵਾਦ ਸੀਗਾ ਬਸ ਪਾਸਤਾ ਸਾਨੂੰ ਇੰਨਾ ਸਵਾਦ ਨਹੀਂ ਲੱਗਿਆ ਕਿਉਂਕਿ ਅਸੀਂ ਬਾਰਬੀਕਿਊ ਦਾ ਟੇਸਟ ਨਹੀਂ ਪ੍ਰੈਫਰ ਕਰਦੇ ਤਾਂ ਪਾਸਤਾ ਨਹੀਂ ਸਵਾਦ ਸੀ ਬਟ ਬਾਕੀ ਸਾਨੂੰ ਸਾਰਾ ਕੁਝ ਬਹੁਤ ਸਵਾਦ ਲੱਗਿਆ ਐਂਡ ਵਰਥ ਇਟ ਲੱਗਿਆ ਤੇ ਫਿਰ ਨਾ ਸਾਨੂੰ ਜਗ੍ਹਾ ਇੰਨੀ ਜ਼ਿਆਦਾ ਪਸੰਦ ਆ ਗਈ ਕਿ ਅਸੀਂ ਸੋਚਿਆ ਕਿ ਸੈਕਿੰਡ ਡੇ ਸਟੇ ਇੱਥੇ ਕਰ ਲੈਂਦੇ ਕਿਉਂਕਿ ਉਹਦੇ ਨਾਲ ਟੈਂਟ ਨਾ ਨਾਲ ਹੀ ਟੈਂਟ ਲੱਗੇ ਹੋਣੇ ਸਟੇ ਵਾਸਤੇ ਉਹਨਾਂ ਰੱਖਿਆ ਹੋਇਆ ਸੀ ਨਾਲ ਹੀ ਸੋਚ ਲੈ ਗਏ ਯਾਰ ਵੀ ਜਿੰਨੀ ਹਨਾ ਖਾਣਾ ਪੀਣਾ ਤਾਂ ਅੱਛਾ ਹੀ ਮੇਨ ਮੰਨ ਖਾਣਾ ਪੀਣਾ ਚਾਹੀਦਾ ਰਹਿਣ ਦੀ ਜਗ੍ਹਾ ਵੀ ਦੇਖ ਲੈਂਦੇ ਆ ਰਹਿਣ ਦੀ ਜਗ੍ਹਾ ਵੀ ਜਿਵੇਂ ਆਪਾਂ ਉੱਥੇ 10,000 ਰੁਪਏ ਦੇ ਕੇ ਆਏ ਨਾ ਇੱਥੇ ਪਰ ਪਰਸਨ ਦਾ ਹਿਸਾਬ ਤਾਂ ਸੀਗਾ ਜੀ 2,000-2,500 ਰੁਪਏ ਵੈਸੇ ਐਗਜ਼ੈਕਟ ਦੱਸ ਦੇਣਾ 2,500 ਰੁਪਏ ਸੀ ਪਰ ਪਰਸਨ ਪਰ ਟੈਂਟ ਦੇ ਹਿਸਾਬ ਨਾਲ ਔਰ ਨਾਲ ਹੀ ਅਟੈਚ ਬਾਥਰੂਮ ਸੀਗਾ ਜੀ ਰਹਿਣ ਦੀ ਜਗ੍ਹਾ ਵੀ ਕੰਬਲ ਸਭ ਕੁਝ ਫੈਸਿਲਿਟੀਜ਼ ਉਹਨੂੰ ਪ੍ਰੋਵਾਈਡ ਕਰਕੇ ਦਿੰਦੇ ਨੇ ਮਤਲਬ ਇੰਡੀਵਿਜੂਅਲੀ ਦੋ ਕਪਲਸ ਨੇ ਜਾਣਾ ਜਾਂ ਗਰੁੱਪ ਵਿੱਚ ਰਹਿਣਾ ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਸਫੀਅਰ ਹੈਗਾ ਔਰ ਅਲੱਗ ਅਲੱਗ ਇਨਵਾਇਰਮੈਂਟ ਦੇਖੋਗੇ ਬਹੁਤ ਜ਼ਬਰਦਸਤ ਨਾਲੇ ਇਹਦੇ ਵਿੱਚ ਵੀ ਬ੍ਰੇਕਫਾਸਟ ਇਨਕਲੂਡਡ ਸੀ ਸਾਡਾ ਬ੍ਰੇਕਫਾਸਟ ਇਨਕਲੂਡਡ ਸੀਗਾ ਜਿਹਦੇ ਵਿੱਚ ਸਾਨੂੰ ਗ੍ਰਿਲ ਸੈਂਡਵਿਚਸ ਪਰਾਂਠਾਸ ਉਹ ਜਿਵੇਂ ਸਾਡੀ ਰਿਕੁਆਇਰਮੈਂਟ ਹੈ ਤੇ ਚਾਹ ਕਾਫੀ ਸਾਰਾ ਕੁਝ ਮਿਲਿਆ ਸੀਗਾ ਤੇ ਫਿਰ ਫਰਸਟ ਕੈਫੇ ਰਿਹਾ ਜੀ ਨਦਨ ਕੈਫੇ ਸੈਕਿੰਡ ਕੈਫੇ ਜਿਹੜਾ ਅਸੀਂ ਐਕਸਪਲੋਰ ਕੀਤਾ ਦੈਟ ਵਾਸ ਦਾ ਗਾਰਡਨ ਕੈਫੇ ਟੂ ਬੀ ਵੈਰੀ ਓਨੈਸਟ ਮਾਈ ਫੇਵਰਿਟ ਕੈਫੇ ਜਿਹੜਾ ਮੈਂ ਤੁਹਾਨੂੰ ਐਕਸਪਲੋਰ ਕੀਤਾ ਉਹਦੇ ਵਿੱਚ ਰੀਜ਼ਨ ਹੈ ਸਭ ਤੋਂ ਪਹਿਲੀ ਗੱਲ ਐਂਬੀਐਂਸ ਉਹਦਾ ਘੈਂਟ ਸੀਗਾ ਫੂਡ ਉਹਦਾ ਘੈਂਟ ਸੀਗਾ ਥਰਡ ਉਹਦੀ ਪ੍ਰਾਈਸਿੰਗ ਬਹੁਤ ਅੱਛੀ ਸੀਗੀ ਹਾਂ ਯਾਰ ਇਹ ਤਾਂ ਮੈਂ ਦੱਸਦਾ ਜੀ ਜਿਹੜਾ ਤਾਂ ਨਨ ਕੈਫੇ ਸੀਗਾ ਉਹਦਾ ਪ੍ਰੋਕਸ 2,000-2,500 ਦੇ ਕਰੀਬ ਬਿੱਲ ਬਣਿਆ ਹਾਲਾਂਕਿ ਉੱਥੇ ਇੰਨਾ ਚੀਜ਼ਾਂ ਸੀ ਨਾ ਘੱਟ ਖਾਂਦੀਆਂ ਨੇ ਲੇਕਿਨ ਜਦੋਂ ਅਸੀਂ ਗਾਰਡਨ ਕੈਫੇ ਦੇ ਵਿੱਚ ਖਾਧਾ ਤਾਂ ਅਸੀਂ 9,000 ਚੀਜ਼ਾਂ ਖਾਧੀਆਂ ਉਹਦਾ ਬਿੱਲ ਬਣਿਆ 1,480 ਰੁਪਏ ਸੋ ਇਹ ਚੀਜ਼ ਉੱਥੇ ਦੇਖਣ ਵਾਲੀ ਪਲੱਸ ਉਹ ਚੀਜ਼ ਖਾਣ 'ਚ ਵੀ ਇੱਕ ਇੱਕ ਚੀਜ਼ ਬੜੀ ਜ਼ਬਰਦਸਤ ਮਤਲਬ ਤੁਸੀਂ ਉਹਦੇ ਪੈਨਕੇਕਸ ਸ਼ਾਇਦ ਫੋਟੋ ਮੈਂ ਪੱਕਾ ਟੱਚ ਕਰੂੰਗੀ ਜੇ ਤੁਸੀਂ ਉਹਦੇ ਖਾਣਾ ਦੇਖੋਗੇ ਨਾ ਤਾਂ ਤੁਹਾਨੂੰ ਖਾਣੇ ਨਾਲ ਦੇਖ ਕੇ ਇੱਦਾਂ ਹੋ ਜਾਏਗਾ ਯਾਰ ਇਹਨੂੰ ਖਾਈਏ ਕਿ ਨਾ ਬਿਕੋਜ਼ ਮੈਂ ਐਕਸਪੈਰੀਮੈਂਟ ਕਰਦੀ ਹਾਂ ਹੀ ਇਜ਼ ਨਾਟ ਆਫ ਐਕਸਪੈਰੀਮੈਂਟਿੰਗ ਟਾਈਪਸ ਕਿ ਇਹ ਨਵੀਆਂ ਨਵੀਆਂ ਚੀਜ਼ਾਂ ਨਹੀਂ ਖਾਂਦੇ ਨਾ ਜੋ ਸਵਾਦ ਲੱਗਦਾ ਤਾਂ ਇਹਨਾਂ ਨੂੰ ਬੇਸਿਕ ਪੀਜ਼ਾ ਫਰਾਈਜ਼ ਸਾਰਾ ਕੁਝ ਬਟ ਇਹਨਾਂ ਨੇ ਵੀ ਜਦੋਂ ਖਾਧਾ ਨਵੀਆਂ ਚੀਜ਼ਾਂ ਤਾਂ ਉੱਥੇ ਦੀ ਅੱਛੀ ਲੱਗਿਆ ਗਾਰਡਨ ਕੈਫੇ ਪੈਨਕੇਕ ਮੈਂ ਪਹਿਲੀ ਵਾਰ ਖਾਧਾ ਸੀ ਮੈਨੂੰ ਲੱਗਦਾ ਯਾਰ ਸਵਾਦ ਲੱਗਿਆ ਮੈਨੂੰ ਕਹਿਣ ਲੱਗਿਆ ਫਿਰ ਹਾਂ ਤੀਜਾ ਸੀਗਾ ਜੀ ਆਪਣਾ ਨਾਮ ਭੁੱਲ ਗਿਆ ਮੈਂ ਤੁਹਾਨੂੰ ਥਰਡ ਕੈਫੇ ਜਿਹੜਾ ਆਪਾਂ ਐਕਸਪਲੋਰ ਕੀਤਾ ਸੀਗਾ ਦੈਟ ਵਾਸ ਆਵਾਜ਼ ਕੈਫੇ ਹੁਣ ਜੇ ਤੁਸੀਂ ਸਾਊਥ ਇੰਡੀਅਨ ਦੇ ਸ਼ੌਕੀਨ ਹੋ ਤੇ ਉੱਥੇ ਉਹ ਟਰਾਈ ਕਰਨਾ ਚਾਹੁੰਦੇ ਹੋ ਆਵਾ ਇੱਕ ਬਹੁਤ ਵਧੀਆ ਰੈਸਟੋਰੈਂਟ ਹੈ ਅਸੀਂ ਉੱਥੇ ਘੀ ਰੋਸਟ ਡੋਸਾ ਆਰਡਰ ਕੀਤਾ ਪੋਹਾ ਆਰਡਰ ਕੀਤਾ ਫਿਲਟਰ ਕਾਫੀ ਸੀ ਆਪਣਾ ਅੱਪੇ ਸੀਗੇ ਅੱਪੇ ਉਹ ਤਾਂ ਅੱਛੀ ਡਿਸ਼ ਆ ਭੈਣ ਜੀ ਜਾਊਗੀ ਤੇ ਜਿਵੇਂ ਉਹ ਦਹੀਂ ਭੱਲੇ ਹੁੰਦੇ ਨੇ ਉਹਨਾਂ ਨੂੰ ਬਣੀ ਕੀ ਕਹਿੰਦੇ ਨੇ ਉਹ ਦਹੀਂ ਭੱਲੇ ਕਹਿੰਦੇ ਦਹੀਂ ਵੜਾ ਬੇਸਿਕ ਦਹੀਂ ਵੜਾ ਹਾਂ ਸੋ ਦਹੀਂ ਵੜਾ ਕਹਿਣ ਸੀਗੇ ਆ ਹੋਰ ਮੈਂ ਦੱਸਦਾ ਕਿ ਜੀ ਅਸੀਂ ਨਾ ਰਿਪੀਟ ਕੀਤਾ ਆਰਡਰ ਜੋ ਅਸੀਂ ਨੇ ਆਰਡਰ ਕੀਤਾ ਸੀ ਉਹਨੂੰ ਅਸੀਂ ਸਾਰਾ ਰਿਪੀਟ ਕੀਤਾ ਕਿਉਂਕਿ ਇੱਕ ਇੱਕ ਚੀਜ਼ ਬਹੁਤ ਜ਼ਬਰਦਸਤ ਬਣੀ ਨਾ ਉਹਨਾਂ ਨੇ ਛੱਤ ਅਸੀਂ ਛੱਤੇ ਉਹਨਾਂ ਕੋਲ ਨੀਚੇ ਵੀ ਬੈਠਣ ਦੀ ਜਗ੍ਹਾ ਉੱਪਰ ਵੀ ਤੇ ਅਸੀਂ ਉਹਨਾਂ ਦੀ ਛੱਤ ਤੇ ਚਲੇ ਗਏ ਸੀ ਤੇ ਛੱਤ ਤੇ ਵੀ ਨਾ ਲਾਈਟਸ ਲੱਗੀਆਂ ਹੋਈਆਂ ਨਾਲੇ ਤੁਸੀਂ ਉੱਥੇ ਬੈਠੋਗੇ ਨਾ ਰਾਤ ਦੇ ਟਾਈਮ ਤੁਹਾਨੂੰ ਇੰਨਾ ਕੁ ਪੀਸ ਲੱਗੇਗਾ ਨਾ ਕੋਈ ਮੌਂਜ ਦੀ ਆਵਾਜ਼ ਨਾ ਕੋਈ ਬੰਦਿਆਂ ਦੀ ਆਵਾਜ਼ ਇਵਨ ਉੱਥੇ ਕੰਸਟਰਕਸ਼ਨ ਵਰਕ ਚੱਲ ਰਿਹਾ ਸੀਗਾ ਬਟ ਫਿਰ ਵੀ ਕੋਈ ਪਤਾ ਨਹੀਂ ਚੱਲਿਆ ਮਤਲਬ ਯਾਰ ਕੈਂਪਸ ਤਾਂ ਜਿਹੜਾ ਬੰਦਾ ਖਾਣ ਦਾ ਸ਼ੌਕੀਨ ਆ ਤੇ ਜਿਹੜਾ ਬੰਦਾ ਵਾਦੀਆਂ ਬੁੱਦੀਆਂ ਦਾ ਸ਼ੌਕੀਨ ਉਹਨੂੰ ਵੀਰ ਬਲਿੰਗ ਦੀ ਜਿਹੜੀ ਜਗ੍ਹਾ ਨਾ ਉੱਥੇ ਤਾਂ ਜਾਣਾ ਹੀ ਜਾਣਾ ਚਾਹੀਦਾ ਹੈ ਨਾਲੇ ਸਾਰੇ ਕੈਫੇਸ ਬਣੇ ਪਤਾ ਕਿੱਥੋਂ ਹੈ ਜਿੱਥੇ ਲੈਂਡਿੰਗ ਪੁਆਇੰਟ ਹੈ ਲੈਂਡਿੰਗ ਪੁਆਇੰਟ ਮਤਲਬ ਬਿਲਿੰਗ ਤੋਂ ਪੈਰਾਗਲਾਈਡਿੰਗ ਸ਼ੁਰੂ ਹੁੰਦੀ ਹੈ ਤੇ ਉਹ ਵੀਰ ਤੇ ਆ ਕੇ ਐਂਡ ਹੁੰਦੀ ਹੈ ਤਾਂ ਜਿਹੜੀ ਲੈਂਡਿੰਗ ਸਾਈਟ ਹੈ ਨਾ ਉੱਥੇ ਤੁਹਾਨੂੰ ਨਾ ਉੱਪਰ ਨਾ ਦਿਖੀ
ਜਾਂਦੀ ਕਿ ਗਲਾਈਡਰਸ ਚੱਲ ਰਹੇ ਨੇ ਤਾਂ ਇੰਨਾ ਕੁ ਜ਼ਿਆਦਾ ਔਸਮ ਵਿਊ ਹੈ ਨਾ ਕਿ ਤੁਸੀਂ ਦੇਖਦੇ ਹੋ ਯਾਰ ਬੰਦੇ ਉੱਪਰ ਉੱਡ ਰਹੇ ਨੇ ਤੁਸੀਂ ਨਾਲ ਖਾ ਰਹੇ ਹੋ ਤੁਹਾਡੇ ਉੱਪਰ ਬੰਦੇ ਉੱਡਦੇ ਉੱਡਦੇ ਆ ਰਹੇ ਨੇ ਆਹ ਫੀਲਿੰਗ ਕੈਂਡ ਵਿਊ ਬਹੁਤ ਅੱਛਾ ਗ੍ਰੀਨਰੀ ਇੰਨੀ ਜ਼ਿਆਦਾ ਹੈ ਤਾਂ ਮਤਲਬ ਬੜਾ ਮਜ਼ਾ ਆਇਆ ਸਾਨੂੰ ਤਾਂ ਫੇਰ ਚੀਜ਼ ਹੁੰਦੀ ਹੈ ਜੀ ਇਸ ਤੋਂ ਬਾਅਦ ਕੈਫੇ ਤੋਂ ਬਾਅਦ ਹੁੰਦੀ ਹੈ ਚੀਜ਼ ਪੈਰਾਗਲਾਈਡਿੰਗ ਵਾਸਤੇ ਜਿੱਥੇ ਵੀਰ ਆ ਵੀਰ ਤੋਂ ਪਹਿਲਾਂ ਆਪਾਂ ਉੱਥੇ ਗਏ ਵਾਟਰਫਾਲ ਤੇ हाँ पहला वाटरफॉल देखा जी वन ऑफ द बेस्ट वाटरफॉल दे विच ते वाटरफॉल दा रास्ता भी बहुत जबरदस्त सीगा और जिथे वाटरफॉल तो पहुंचण तो पहला लाई जेडे पत्थर ने ना वो बहुत स्लिपरी ने हां हुन जेडा रास्ता ने दे विच असी तुहानू दो तीन चीजें मेंशन करना चाहवांगे फर्स्ट इज ओदे ना दो तीन पार्किंग्स ने तां हो सकदा है कि तुहानू पहली पार्किंग ते लगे कि अग्गे तां गड्डी नहीं जांदी विच इज नॉट ट्रू ਤਾਂ ਪਹਿਲੀ ਪਾਰਕਿੰਗ ਤੇ ਨਾ ਰੁਕੋ ਲਾਸਟ ਪਾਰਕਿੰਗ ਤੇ ਗੱਡੀ ਆਰਾਮ ਨਾਲ ਜਾ ਸਕਦੀ ਹੈ ਪਰ ਨਾਲ ਇੱਕ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਗੱਡੀ ਵਾਲਾ ਰਸਤਾ ਨਾ ਉਹ ਬਿਲਕੁਲ ਸਿੰਗਲ ਆ ਯਾਨੀ ਕਿ ਜੇ ਦੋ ਵੱਡੀਆਂ ਗੱਡੀਆਂ ਨੇ ਤਾਂ ਉਹਨਾਂ ਨੂੰ ਕ੍ਰੋਸ ਕਰਨਾ ਬਹੁਤ ਮੁਸ਼ਕਲ ਹੋ ਜੂਗਾ ਇੱਕ ਗੱਡੀ ਨੂੰ ਪਿੱਛੇ ਹਟਣਾ ਪਊਗਾ ਤਾਂ ਅਗਰ ਤੁਹਾਡੇ ਨਾਲ ਕੋਈ ਪਰਸਨ ਹੈਗਾ ਤਾਂ ਉਹਨੂੰ ਪਹਿਲਾਂ ਹੀ ਉਸ ਮੋੜ ਤੇ ਖੜਾਇਆ ਜਾਵੇ ਤਾਂ ਕਿ ਉਹ ਦੇਖੇ ਕਿ ਅੱਗੋਂ ਗੱਡੀ ਆ ਰਹੀ ਹੈ ਕਿ ਨਹੀਂ ਜੇ ਨਹੀਂ ਆ ਰਹੀ ਤਾਂ ਤੁਸੀਂ ਜਾਓ ਅਗਰ ਗੱਡੀ ਆ ਰਹੀ ਤਾਂ ਉਹਨੂੰ ਆਉਣ ਤੋਂ ਪਹਿਲਾਂ ਮਤਲਬ ਤੁਸੀਂ ਕੰਫਰਟੇਬਲ ਹੋਣੇ ਚਾਹੀਦੇ ਹੋ ਡਰਾਈਵ ਉੱਥੇ ਤੱਕ ਹੋ ਸਕਦੀ ਹੈ ਬਟ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਕਰਨੀ ਫਿਰ ਉੱਥੇ ਛੱਡ ਦਿਓ ਆਪਣੀ ਗੱਡੀ ਤੇ ਅੱਗੇ ਫਿਰ ਤੁਰ ਪੋ ਤੁਸੀਂ ਤੇ ਫਿਰ ਉੱਥੇ ਜਦੋਂ ਅਸੀਂ ਪਹੁੰਚੇ ਸੀ ਪਾਰਕਿੰਗ 'ਚ ਗੱਡੀ ਲਾਤੀ ਤੇ ਫਿਰ ਸਾਨੂੰ ਸਟਾਰਟਿੰਗ 'ਚ ਮਿਲ ਗਏ ਗਾਈਡਸ ਤੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਲੈ ਜਾਂਦੇ ਹਾਂ ਕਿ ਅੱਗੇ ਤੱਕ ਉੱਥੇ ਨਾ ਰਸਤਾ ਬੜਾ ਖਤਰਨਾਕ ਹੈ ਤੁਸੀਂ ਜਾ ਨਹੀਂ ਪਾਓਗੇ ਅਸੀਂ ਮੰਨੀ ਨਹੀਂ ਹੁੰਦੀ ਗੱਲ ਤੇ ਉਹ ਕਹਿੰਦੇ ਅਸੀਂ ਪੁੱਛਿਆ ਕਿੰਨਾ ਕਿਉਂ ਨਹੀਂ ਮੰਨੀ ਕਿਉਂਕਿ ਉਹ ਕਹਿੰਦਾ 700 ਪਰ ਬੰਦਾ 700 ਪਰ ਬੰਦਾ ਕਹਿੰਦਾ ਕਿ ਤੁਹਾਨੂੰ ਉੱਥੇ ਤੱਕ ਲੈ ਕੇ ਜਾਣਾ ਹੈ ਵਾਪਸ ਲੈ ਕਹਿੰਦਾ ਹੁਣ ਅਸੀਂ 5 ਜਾਣੇ ਸੀਗੇ ਹੁਣ 3500 ਤਾਂ ਸਾਡਾ ਉੱਥੇ ਲੱਗ ਜਾਣਾ ਸੀਗਾ ਹੈ ਨਾ ਤੇ ਅਸੀਂ ਸੋਚਿਆ ਕਿ ਨਹੀਂ ਇੰਨਾ ਕੀ ਹੈ ਟ੍ਰੈਕਿੰਗ ਹੀ ਹੈ ਨਾਰਮਲ ਕਰ ਲਾਂਗੇ ਅਸੀਂ ਇਹ ਪਹੁੰਚ ਜਾਗੇ ਅਸੀਂ ਮੰਨੇ ਨਹੀਂ ਹੈਗੇ ਯਾਰ ਅਸੀਂ ਚੱਲੀ ਗਏ ਜਿੰਨਾ ਅਸੀਂ ਨੇੜੇ ਪਹੁੰਚੀ ਗਏ ਨਾ ਉਹਨਾਂ ਸਾਨੂੰ ਲੱਗਿਆ ਕਿ ਨਹੀਂ ਯਾਰ ਗਾਈਡ ਨੂੰ ਬੁਲਾ ਹੀ ਲੈਣਾ ਚਾਹੀਦਾ ਸੀਗਾ ਔਰ ਗਾਈਡ ਪਿੱਛੇ ਪਿੱਛੇ ਕਿਸੇ ਹੋਰ ਨਾਲ ਆ ਰਿਹਾ ਸੀਗਾ ਸੋ ਜਦੋਂ ਹੀ ਮੇਨ ਜਿਹੜਾ ਡੇਂਜਰਸ ਵਾਲਾ ਏਰੀਆ ਹੈਗਾ ਜਾਂ ਜਿੰਦੇ ਸਾਰੀ ਜਗ੍ਹਾ ਹੈਗੀ ਆ ਉੱਥੇ ਅਸੀਂ ਪਹੁੰਚੇ ਅਸੀਂ ਗਾਰਡ ਨਾਲ ਫੇਰ ਦੁਬਾਰਾ ਗੱਲ ਕਰ ਲਈ ਦੈਨ ਫਿਰ ਅਸੀਂ ਐਗਰੀ ਕਰ ਗਏ ਕਿ ਹਾਂ ਠੀਕ ਹੈ ਯਾਰ ਸਾਨੂੰ ਮੰਨਣਾ ਚਾਹੀਦਾ ਹੁਣ ਇੱਥੇ ਨਾ ਮੈਂ ਦੋ ਚੀਜ਼ ਆਬਜ਼ਰਵ ਕੀਤੀਆਂ ਨੇ ਵਨ ਇਜ਼ ਕਿ ਤੁਸੀਂ ਸਟਾਰਟਿੰਗ ਤੋਂ ਹੀ ਗਾਈਡ ਲੈ ਕੇ ਚੱਲ ਜਾਓ ਦੈਟ ਵੁਡ ਕਾਸਟ ਯੂ ਮੋਰ ਹੈਨਾ ਬਟ ਇਹ ਨਹੀਂ ਹੈ ਕਿ ਤੁਹਾਨੂੰ ਉੱਥੇ ਜਾ ਕੇ ਗਾਈਡ ਨਹੀਂ ਮਿਲੇਗਾ ਮਿਲੇਗਾ ਉੱਥੇ ਜਾ ਕੇ ਮਿਲ ਜਾਂਦਾ ਤਾਂ ਉੱਥੇ ਸਾਨੂੰ ਹੁਣ ਸਾਰੀ ਕਾਸਟਿੰਗ ਬਈ 200 ਪਰ ਪਰਸਨ ਦੈਟ ਵਾਸ 1000 ਰੁਪੀਸ ਹੁਣ ਇਹ ਆਪਾਂ ਜੀ ਕਿਉਂਕਿ ਰਸਤਾ ਨਹੀਂ ਪ੍ਰੋਬਲਮ ਹੈ ਕਿ ਜਦੋਂ ਵਾਟਰਫਾਲ ਤੇ ਪਹੁੰਚ ਗਏ ਸ਼ੁਰੂਆਤ ਹੋ ਗਈ ਮੇਨ ਚੜ੍ਹਨੇ ਤੱਕ ਜਾਣ ਦਾ ਜਿਹੜਾ ਉਹ ਪੱਥਰ ਚੜ੍ਹਨੇ ਨੇ ਉੱਥੇ ਤੁਹਾਨੂੰ ਇੱਕ ਬੰਦਾ ਚਾਹੀਦਾ ਜੋ ਤੁਹਾਨੂੰ ਗਾਈਡ ਕਰ ਸਕੇ ਕਿ ਇਹ ਪੱਥਰ ਤੇ ਪੈਰ ਰੱਖੋ ਕਿੱਥੇ ਪੈਰ ਰੱਖਣਾ ਉਹਨਾਂ ਨੂੰ ਆਈਡੀਆ ਕਿ ਕਿੱਥੇ ਪੈਰ ਰੱਖਣਾ ਹੈ ਕਿਹੜਾ ਰਾਈਟ ਪੈਰ ਰੱਖਣਾ ਜਾਂ ਲੈਫਟ ਪੈਰ ਰੱਖਣਾ ਹੈ ਜਾਂ ਕਿੱਥੇ ਸਲਿਪਰੀ ਹੈਗਾ ਕਿੱਥੇ ਬੈਠ ਕੇ ਉਤਰਨਾ ਹੈਗਾ ਕਿੱਥੇ ਕਿਸ ਤਰੀਕੇ ਨਾਲ ਕਿਹੜੇ ਕਿਸਮ ਨੂੰ ਕਿੱਥੇ ਕਿਵੇਂ ਫੜਨਾ ਹੈ ਉਹ ਸਭ ਕੁਝ ਦੱਸੂਗਾ ਤੁਹਾਨੂੰ ਨਹੀਂ ਪਤਾ ਲੱਗਣਾ ਅਣਜਾਣ ਬੰਦੇ ਨੂੰ ਨਹੀਂ ਪਤਾ ਲੱਗਣਾ ਮੈਂ ਉਹਨਾਂ ਦਾ ਗਲਤੀ ਕਰਦਾ ਜਿਹੜਾ ਐਕਸੀਡੈਂਟ ਹੋਣ ਦਾ ਉੱਥੇ ਸਲਿਪ ਹੋਣ ਦੇ ਚਾਂਸਸ ਨੇ ਸੋ ਗਾਈਡ ਸਾਨੂੰ ਬਹੁਤ ਬੁਰੀ ਲੱਗਦੀ ਹੈ ਬਈ ਤਾਂ ਰਿਸਕ ਲੈਣ ਦੀ ਕੋਈ ਲੋੜ ਨਹੀਂ ਹੈਗੀ ਤਾਂ ਉੱਥੇ ਮੈਨੂੰ ਲੱਗਦਾ ਇਟ ਇਜ਼ ਹਾਈਲੀ ਰეკਮੈਂਡਡ ਕਿ ਵਾਟਰਫਾਲ ਤੇ ਇੱਕ ਵਾਰ ਪਹੁੰਚ ਕੇ ਦੈਨ ਯੂ ਸ਼ੁੱਡ ਟੇਕ ਦ ਗਾਈਡ ਤੇ ਹਾਂ ਇੱਕ ਹੋਰ ਚੀਜ਼ ਬਹੁਤ ਜ਼ਰੂਰੀ ਕਿਉਂਕਿ ਬੀਰ ਬਿਲਿੰਗ ਹਜੇ ਇੰਨੀ ਐਕਸਪਲੋਰਡ ਪਲੇਸਿਸ ਨਹੀਂ ਹੈ ਤਾਂ ਸਾਰੀ ਜਗ੍ਹਾ ਲਿਖਿਆ ਨਹੀਂ ਹੋਇਆ ਕਿ ਕੀ ਕਰਨਾ ਕਿਵੇਂ ਕਰਨਾ ਹੁਣ ਅਸੀਂ ਵਾਟਰਫਾਲ ਤੇ ਜਾ ਰਹੇ ਸੀ ਤਾਂ ਅਸੀਂ ਵਾਟਰਫਾਲ ਉਹ ਮਾਈਂਡਸੈਟ ਲੈ ਕੇ ਕਿ ਨਾਰਮਲ ਚੱਪਲਾਂ ਪਾ ਕੇ ਚੱਲ ਜਾਂਦੇ ਚੱਪਲਾਂ ਉਤਾਰ ਦਾਂਗੇ ਇਹਨੂੰ ਕਰ ਲਾਂਗੇ ਬਟ ਬਿਕੋਜ਼ ਇਹ ਰਸਤਾ ਇਦਾਂ ਦਾ ਹੈ ਤੁਹਾਨੂੰ ਸ਼ੂਜ਼ ਹੀ ਪ੍ਰੈਫਰਡ ਹੋਣੇ ਚਾਹੀਦੇ ਸਟਾਰਟਿੰਗ ਚ ਐਂਡ ਦੇ ਵਿੱਚ ਪੱਟਣੇ ਪੈਣਗੇ ਨੰਗੇ ਪੈਰੀ ਹੀ ਪ੍ਰੈਫਰੈਂਸ ਹੈ ਬੂਟਾਂ ਨਾਲ ਨਹੀਂ ਹੈਗੀ ਮਤਲਬ ਵਿਦ ਹੀਲਸ ਵਿਦ ਸਲਿੱਪਰਸ ਸਲਿੱਪਰਸ ਤਾਂ ਸਲਿੱਪ ਹੋ ਜਾਂਦੇ ਨੇ ਤਾਂ ਪ੍ਰੈਫਰਡ ਹੈ ਕਿ ਅਗਰ ਸ਼ੂਜ਼ ਵਿੱਚ ਰਹੇ ਤਾਂ ਤੁਹਾਡਾ ਸਹੀ ਰਹੇਗਾ ਕੰਮ ਸੋ ਉੱਥੇ ਇਹ ਜੀ ਔਰ ਰਸਤੇ ਛੋਟੀ ਗੱਲ ਦੱਸ ਦਵਾਂ ਕਿ ਰਸਤੇ ਦੇ ਵਿੱਚ ਨਾ ਛੋਟੇ ਛੋਟੇ ਕਾਊਂਟਰਸ ਲੱਗੇ ਹੋਏ ਨੇ ਮੈਗੀ ਵਾਲੇ ਜਿਹੜਾ ਬੰਦਾ ਨਾ ਨੂੰ ਕਿਹਾ ਹੈ ਠੰਡਾ ਠੰਡਾ ਲੱਗ ਰਿਹਾ ਉਹਨੂੰ ਆਉਂਦੇ ਹੈ ਗਰਮ ਗਰਮ ਮੈਗੀ ਖਾਵੇ ਤਾਂ ਨਜ਼ਾਰੇ ਲਾ ਔਰ ਉਹ ਟਮਾਟਰ ਦੀ ਚਟਨੀ ਆਂਟੀ ਨੇ ਸਪੈਸ਼ਲੀ ਬਣਾਈ ਹੋਈ ਸੀ ਮੂਵਸ ਤੇ ਟਮਾਟਰ ਦੀ ਚਟਨੀ ਖਾਦੀ ਹਾਂ ਜਿਹੜਾ ਉੱਪਰ ਤੁਸੀਂ ਖਾਂਦੇ ਹੋ ਜਿੰਨਾ ਉੱਪਰ ਤੁਸੀਂ ਖਾਓਗੇ ਉਹਦੀ ਕਾਸਟਿੰਗ ਉਹਦੇ ਹਿਸਾਬ ਨਾਲ ਜਿਹੜਾ ਸਾਨੂੰ ਮੂਵਸ ਦੀ ਇੱਕ ਪਲੇਟ 100 ਰੁਪੀਸ ਵਿੱਚ ਮਿਲੀ ਆ ਉੱਥੇ ਤੇ ਸਾਡਾ ਅਸੀਂ ਦੋ ਮੈਗੀਸ ਤੇ ਦੋ ਖਾਦੇ ਸੀ ਨਾ 3-400 ਰੁਪਏ ਬਿੱਲ 3-400 ਰੁਪਏ ਸਾਡਾ ਉੱਥੇ ਬਿੱਲ ਬਣਿਆ ਸੀਗਾ ਤੇ ਅਸੀਂ ਪੁੱਛਿਆ ਇੰਨਾ ਮਹਿੰਗਾ ਕਿਉਂ ਤਾਂ ਕਹਿੰਦੇ ਉੱਤੇ ਆ ਨਾ ਤੇ ਜਿੰਨਾ ਉੱਤੇ ਉਹਨਾਂ ਜ਼ਿਆਦਾ ਐਕਸਪੈਂਸਿਵ ਹੋਏਗਾ ਤੁਹਾਡੇ ਲਈ ਹਾਂ ਉਸੇ ਰਸਤੇ ਦੇ ਵਿੱਚ ਨਾ ਬੰਜੀ ਜੰਪਿੰਗ ਹੋਗੀ ਸਾਈਕਲਿੰਗ ਹੋਗੀ ਸਭ ਕੁਝ ਵੀ ਹੈਗਾ ਯਾਨੀ ਕਿ ਆਪਾਂ ਨੇ ਕੋਲ ਇੰਨਾ ਟਾਈਮ ਹੈ ਨਹੀਂ ਸੀ ਇਸ ਲਈ ਅਸੀਂ ਸਪੋਰ ਨਹੀਂ ਕਰਿਆ ਪਰ ਜਿਹੜਾ ਬੰਦਾ ਉੱਥੇ ਜਾ ਰਿਹਾ ਹੈ ਬੰਜੀ ਜੰਪਿੰਗ ਹੋਗੀ ਜਾਂ ਸਾਈਕਲਿੰਗ ਹੋਗੀ ਇਹ ਸਾਰਾ ਕੁਝ ਵੀ ਕਰ ਸਕਦੇ ਹੋ ਮਤਲਬ ਇੱਕ ਦਿਨ ਨਾ ਉਸ ਏਰੀਆ ਵਾਸਤੇ ਹੀ ਕੱਢ ਦੋ ਜਿੱਥੇ ਵਾਟਰਫਾਲ ਹੈ ਜਿਹੜਾ ਉਹ ਏਰੀਆ ਹੈ ਰੀਜਨ ਹੈ ਨਾ ਉਹਦੇ ਵਾਸਤੇ ਕਿ ਬੰਜੀ ਜੰਪਿੰਗ ਕਰ ਸਕਦੇ ਹੋ ਤੁਸੀਂ ਉੱਥੇ ਬ੍ਰਿਜ ਵਾਕ ਹੈ ਬ੍ਰਿਜ ਵਾਕ ਕਰ ਸਕਦੇ ਹੋ ਏਰੀਅਲ ਸਾਈਕਲਿੰਗ ਹੈ ਤਾਂ ਬਹੁਤ ਸਾਰਾ ਕੁਝ ਹੈ ਤਾਂ ਅਗਰ ਤੁਸੀਂ ਐਡਵੈਂਚਰ ਅਸ ਪਰਸਨ ਹੋ ਤੇ ਐਡਵੈਂਚਰਸ ਕਰਨਾ ਚਾਹੁੰਦੇ ਆਪਣੀ ਫੈਮਿਲੀ ਨਾਲ ਮਤਲਬ ਲੋ ਕਾਸਟ ਦੇ ਵਿੱਚ ਸਾਰੇ ਨਜ਼ਾਰੇ ਲੈਣ ਵਾਸਤੇ ਵੀਰ ਮਿਲਿੰਗ ਬੈਸਟ ਜਗ੍ਹਾ ਹੈ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਚੀਜ਼ ਆਉਂਦੀ ਹੈ ਜੀ ਉਹ ਆਉਂਦੀ ਹੈ ਕਿ 22 ਕਿਲੋਮੀਟਰ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੇ ਤੋਂ ਉੱਪਰ 22 ਕਿਲੋਮੀਟਰ ਜਾਣਾ ਔਰ ਉੱਥੇ ਹੋਣੀ ਹੈ ਤੁਹਾਡੀ ਪੈਰਾਗਲਾਈਡਿੰਗ ਔਰ ਉਹ ਜਿਹੜਾ ਰਸਤਾ ਹੈ ਯਾਨੀ ਕਿ ਤੁਸੀਂ ਨਾਲ ਨਾਲ ਅਰਦਾਸ ਕਰਦੇ ਜਾਂਦੇ ਹੋ ਕਿਉਂਕਿ
ਪਲੱਸ ਅਗਰ ਉਹ ਤੁਹਾਡਾ ਜੀਐਸਟੀ ਲੈਂਦੇ ਤਾਂ 3150 ਬਣਦਾ ਹੈ ਨਾ ਅਗਰ ਤੁਹਾਡੀ ਹੋਟਲ ਦੇ ਥਰੂ ਬੁਕਿੰਗ ਹੈ ਤਾਂ 3000 ਪਰ ਬੰਦਾ ਲਮਸਮ ਹੋ ਜਾਂਦਾ ਹਾਂ ਐਗਜ਼ੈਕਟਲੀ ਤਾਂ ਫਿਰ ਤੁਸੀਂ ਨਾ ਉੱਥੋਂ ਜਿੱਥੋਂ ਬੁਕਿੰਗ ਕਰਾਣੀ ਹੈ ਉੱਥੋਂ ਤੁਹਾਨੂੰ ਇੰਸ਼ੋਰੈਂਸ ਚੈੱਕ ਕਰਨਗੇ ਤਾਂ ਤੁਹਾਡਾ ਫਾਰਮ ਭਰਾਂਗੇ ਉਹ ਫਾਰਮ ਕੀ ਹੁੰਦਾ ਬੇਸਿਕਲੀ ਦੈਟ ਯੂ ਟੇਕ ਦ ਰਿਸਪੋਨਸਿਬਿਲਿਟੀ ਕਿ ਕੱਲ ਨੂੰ ਕੋਈ ਚੀਜ਼ ਹੋ ਜਾਂਦੀ ਹੈ ਆਫਕੋਰਸ ਉੱਥੇ ਸਾਰੇ ਐਕਸਪੀਰੀਅੰਸਡ ਹੈ ਲਾਇਸੈਂਸਡ ਹੈ ਸਾਰਾ ਕੁਝ ਸੇਫ ਹੈ ਬਟ ਇੱਕ ਫਾਰਮੈਲਿਟੀ ਹੁੰਦੀ ਹੈ ਜਿੱਥੇ ਉਹਨਾਂ ਨੂੰ ਸਾਈਨ ਕਰਵਾਉਣਾ ਹੁੰਦਾ ਹੈ ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਬੰਦੇ ਨੂੰ ਇਸ ਚੀਜ਼ ਤੋਂ ਡਰ ਲੱਗਦਾ ਕਿ ਜਿਹੜੇ ਬੰਦੇ ਨਾਲ ਅਸੀਂ ਜਾ ਰਹੇ ਹਾਂ ਉਹ ਕਿੱਦਾਂ ਆਉਂਦੇ ਨੇ ਕਿਸ ਤਰੀਕੇ ਨਾਲ ਆਉਂਦੇ ਸੋ ਉਹ ਉੱਥੇ ਜਿੰਨੇ ਵੀ ਪੈਰਾਗਲਾਈਡਿੰਗ ਵਾਲੇ ਜਿਹੜੇ ਇੰਸਟ੍ਰਕਚਰਸ ਹੁੰਦੇ ਨੇ ਨਾ ਉਹ ਸਾਰੇ ਹੀ ਲਾਇਸੈਂਸ ਬੇਸ ਹੁੰਦੇ ਨੇ ਇਦਾਂ ਨਹੀਂ ਹੈਗਾ ਕੋਈ ਕਿਸੇ ਨੇ ਉੱਠ ਕੇ ਉਹਨੇ ਪੈਰਾਗਲਾਈਡਿੰਗ ਸ਼ੁਰੂ ਕਰਤੀ ਲਾਇਸੈਂਸ ਬੇਸ ਇਹਨੂੰ ਐਕਸਪੀਰੀਅੰਸ ਹੈ ਮਨਵੀਤ ਨਾਲ ਜਿਹੜਾ ਬੰਦਾ ਗਿਆ ਸੀ ਉਹਨੂੰ 10 ਸਾਲ ਦਾ ਐਕਸਪੀਰੀਅੰਸ ਸੀ ਮੇਰੇ ਨਾਲ ਜਿਹੜਾ ਬੰਦਾ ਗਿਆ ਸੀ ਉਹਨੂੰ 6 ਸਾਲ ਦਾ ਐਕਸਪੀਰੀਅੰਸ ਸੀ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਮਨਾਲੀ ਤੱਕ ਇੱਦਾਂ ਹੀ ਚਲੇ ਜਾਂਦੇ ਗਲਾਈਡਰਸ ਤੇ ਉੱਡ ਕੇ ਇੱਕ ਫੇਰ ਹੁਣ ਜਦੋਂ ਅਸੀਂ ਗਏ ਤਾਂ ਗੱਡੀ ਉਹਨਾਂ ਦੀ ਹੀ ਉੱਤੇ ਲੈ ਕੇ ਜਾਏਗੀ ਕਿਉਂਕਿ ਤੁਹਾਡਾ ਵੀ ਇਕੱਲੇ ਤੁਹਾਡੀ ਜਾ ਨਹੀਂ ਸਕਦੀ ਹਾਂ ਨਹੀਂ ਜਾ ਵੀ ਸਕਦੀ ਲੋਕੀ ਜਾਂਦੇ ਤੁਸੀਂ 2-3 ਘੰਟੇ ਜਾਓਗੇ ਫਿਰ ਉਹਨਾਂ ਨੇ 45 ਮਿੰਟ ਚਲਾ ਲੈਣਾ ਤੁਸੀਂ 2-3 ਘੰਟੇ ਜਾਓਗੇ ਡਰਦੇ ਡਰਦੇ ਤਾਂ ਇਸ ਲਈ ਇਟ ਇਜ਼ ਪ੍ਰੈਫਰਡ ਕਿ ਆਪਣੀ ਗੱਡੀ ਨੀਚੇ ਬੀਟ ਤੇ ਹੀ ਪਾਰਕ ਕੀਤੀ ਜਾਏ ਅਸੀਂ ਤਾਂ ਪਾਰਕਿੰਗ ਚਲਾਤੀ ਸੀ ਤੇ ਪਾਰਕਿੰਗ ਦੀ ਵੀ ਕੋਸਟ ਉਹਨਾਂ ਦੀ ਬਹੁਤ ਮਿਨੀਮਲ ਹੈ 50 ਰੁਪਏ ਲੈਂਦੇ ਨੇ ਤਾਂ ਉਹ ਲੈ ਕੇ ਗਏ ਸਾਨੂੰ ਉੱਤੇ ਫਿਰ ਉੱਥੇ ਅਸੀਂ ਜਦੋਂ ਗਲਾਈਡਿੰਗ ਕੀਤੀ ਹੁਣ ਗਲਾਈਡਿੰਗ ਵੇਲੇ ਨਾ ਰਸਤੇ ਦਾ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਤਾਂ ਬਿਲਕੁਲ ਭੁੱਖੇ ਜਾਇਓ ਤੇ ਨਾ ਤਾਂ ਬਹੁਤ ਰੱਜ ਕੇ ਜਾਇਓ ਬਿਕੋਜ਼ ਦੋਨੋਂ ਕੇਸਿਸ ਵਿੱਚ ਵੋਮਿਟਿੰਗ ਹੋਣ ਦੇ ਚਾਂਸਸ ਨੇ ਕਿਉਂਕਿ ਜੇ ਤੁਹਾਡੇ ਸਟਮਕ ਬਹੁਤ ਜ਼ਿਆਦਾ ਭਰੀ ਹੋਈ ਹੋਏਗੀ ਫਿਰ ਵੀ ਤੁਹਾਨੂੰ ਗੱਲ ਲੱਗੇ ਜੀ ਕਿਉਂਕਿ ਉਹ ਰਸਤਾ ਇਦਾਂ ਹੈ ਇਦਾਂ ਇਟਸ ਲਾਈਕ ਇਦਾਂ ਬਟ ਮਜ਼ੇ ਬਹੁਤ ਆਉਂਦੇ ਜਦੋਂ ਤੁਸੀਂ ਉੱਤੇ ਪਹੁੰਚ ਜਾਂਦੇ ਤਾਂ ਲੱਗਦਾ ਕਿ ਠੰਡੀ ਹਵਾ ਲੱਗਦੀ ਹੈ ਬਹੁਤ ਜ਼ਿਆਦਾ ਠੰਡੀ ਹਵਾ ਉੱਤੇ ਠੰਡ ਹੈ ਤਾਂ ਅਗਰ ਤੁਸੀਂ ਜੈਕਟ ਵਗੈਰਾ ਕੈਰੀ ਕਰਨਾ ਚਾਹੁੰਦੇ ਹੋ ਜਿੱਥੋਂ ਉਹ ਟੇਕ ਆਫ ਹੋਣਾ ਹੈ ਉੱਥੇ ਤੁਸੀਂ ਕਰ ਸਕਦੇ ਹੋ ਉੱਥੇ ਸਾਨੂੰ ਠੰਡ ਲੱਗ ਰਹੀ ਸੀ ਕਿਉਂਕਿ ਅਸੀਂ ਸਵੇਰੇ ਸਵੇਰੇ ਗਏ ਸੀ ਰਿਕਮੈਂਡਡ ਵਿਊਜ਼ ਕਿਹੜੇ ਕਿਹੜੇ ਨੇ ਜੇ ਤੁਸੀਂ ਪੈਰਾਗਲਾਈਡਿੰਗ ਦੇ ਟਾਈਮ ਜਾਂਦੇ ਹੋ ਜਾਂ ਸਨਰਾਈਜ਼ ਚੱਲ ਜਾਓ ਜਾਂ ਸਨਸੈਟ ਦੇ ਚੱਲੋ ਸਾਡੀ ਪ੍ਰੈਫਰੈਂਸ ਹੀ ਸਨਸੈਟ ਪਰ ਉਹਦਾ ਇਹ ਚੱਕਰ ਹੁੰਦਾ ਕਿ ਉਹਦੇ ਬੈਰੀਅਰਸ ਬੰਦ ਹੋ ਜਾਂਦੇ ਆ 6-6:30 ਤੋਂ ਬਾਅਦ ਜੇ ਲੱਗੇ ਉਹਨਾਂ ਨੂੰ ਉੱਪਰ ਯਾਰ ਵੀ ਨਹੀਂ ਮੌਸਮ ਖਰਾਬ ਹੋ ਰਿਹਾ ਬੈਰੀਅਰ ਬੰਦ ਕਰ ਦਿੰਦੇ ਉੱਪਰ ਜਾਣੇ ਨਹੀਂ ਹੁੰਦੇ सारे अपनी अपनी होंगी की कुछ चीज बट ओ तुहानू एक नवा नजरिया दिखाती है कि यार दुनिया कितनी वड्डी है ठीक है बर्ड आई व्यू दिखाती है कि यार चिड़िया नू किवें दिखदा होएगा की लगदा है मतलब यू फील वेरी गुड व्हेन यू आर अबव ਉਦੋਂ ਨਾ ਇੱਕ ਟਾਈਮ ਦਾ ਫੀਅਰ ਹੁੰਦਾ ਪਰ ਜਦੋਂ ਤੁਸੀਂ ਉੱਤੇ ਹੁੰਦੇ ਨਾ ਤਾਂ ਸਾਰੀ ਦੁਨੀਆ ਦੇਖ ਰਹੇ ਹੁੰਦੇ ਜੋ ਮੈਨੂੰ ਲੱਗ ਇੱਕ ਵਾਰ ਤੁਸੀਂ ਉੱਡ ਗਏ ਉਹ ਤੋਂ ਬਾਅਦ ਤੁਸੀਂ ਅਲੱਗ ਫੀਲ ਕਰਦੇ ਮਤਲਬ ਜਿਵੇਂ ਹੁਣ ਵੀ ਮੈਨੂੰ ਕੋਈ ਚਾਂਸ ਦੇਣਾ ਤਾਂ ਆਈ ਵੁੱਡ ਲਾਈਕ ਟੂ ਡੂ ਥੈਟ ਅਗੇਨ ਔਰ ਡਰ ਨਿਕਲ ਜਾਂਦਾ ਇੱਕ ਵਾਰ ਕੰਮ ਤੋਂ ਬਾਅਦ ਡਰ ਨਿਕਲ ਜਾਂਦਾ ਹਾਂ ਤਾਂ ਇਸ ਲਈ ਹਾਈਲੀ ਰეკਮੈਂਡਡ ਕਿ ਤੁਸੀਂ ਜਾ ਕੇ ਪੈਰਾਗਲਾਈਡਿੰਗ ਦਾ ਐਕਸਪੀਰੀਅੰਸ ਜ਼ਰੂਰ ਕਰੋ ਇਸ ਤੋਂ ਪਹਿਲਾਂ ਕਿ ਉਹ ਹੋਰ ਐਕਸਪੈਂਸਿਵ ਹੋ ਜਾਏ ਔਰ ਇਹ ਸਾਰਾ ਟ੍ਰਿਪ ਹਾਂ ਜੇ ਸਾਰਾ ਕੁਝ ਉਸ ਤੋਂ ਦੱਸਿਆ ਸੀ ਬੀਟ ਸਭ ਕੁਝ ਮਿਲਾ ਕੇ ਪ੍ਰੋਕਸ 45,000 ਦਾ ਖਰਚਾ ਪੈਂਦਾ ਹੈ ਸਾਡੇ 5 ਜਣਿਆਂ ਦਾ ਜੋ ਸਾਨੂੰ 5 ਜਣਿਆਂ ਦਾ ਯਾਨੀ ਕਿ ਪਰ ਪਰਸਨ 9000 ਯਾਨੀ ਕਿ ਜਿਹੜੇ ਬੰਦੇ ਦਾ 10000 ਬਜਟ ਹੈਗਾ ਉਹ ਬੰਦਾ ਆਰਾਮ ਨਾਲ 2-3 ਦਿਨ ਵੀਰ ਬਿਲਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਕਰ ਸਕਦਾ ਜਿਹੜੀਆਂ ਦੱਸੀਆਂ ਸੀ ਵਨ ਇਜ਼ ਦਿਸ ਸੈਕਿੰਡ ਇਜ਼ ਕਿ ਅਗਰ ਜਿਵੇਂ ਆਪਾਂ ਸਟੇਜ ਤੇ ਨਹੀਂ ਕੀਤਾ ਕਰੋ ਸਟੇਜ ਤੇ ਕਰਦੇ ਤਾਂ ਫਿਰ ਉਹ ਥੋੜਾ ਮੇਰੇ ਕੋਲ 6-7000 ਪਰ ਪਰਸਨ ਕੋਸਟ ਆ ਸਕਦਾ ਮਤਲਬ ਜੇ ਮੈਨੂੰ ਮੈਂ ਐਕਚੁਅਲੀ ਕਹਿ ਰਿਹਾ ਕਿ ਜਿਵੇਂ ਆਪਾਂ ਰਹੇ ਆਪਾਂ ਬਹੁਤ ਕੰਫਰਟੇਬਲ ਰਹੇ ਮਤਲਬ ਇੰਨਾ ਕੁ ਬਜਟ ਤੁਸੀਂ ਲੈ ਕੇ ਚੱਲੋਗੇ ਤੁਸੀਂ ਆਰਾਮ ਨਾਲ ਬਹੁਤ ਵਧੀਆ ਨਜ਼ਾਰਾ ਲੈ ਕੇ ਆਉਂਗੇ ਵੀਰ ਵੀਰੇ ਰਾਈਟ ਤੇ ਫਿਰ ਉਸ ਤੋਂ ਬਾਅਦ ਸਾਡਾ ਪੈਰਾਗਲਾਈਡਿੰਗ ਦਾ ਸੀਗਾ ਲਾਸਟ ਡੇ ਜਿਸ ਦਿਨ ਅਸੀਂ ਪੈਰਾਗਲਾਈਡਿੰਗ ਕੀਤੀ ਫਿਰ ਅਸੀਂ ਗਏ ਆਪਣੇ ਰੂਮਸ ਵਗੈਰਾ ਵਿੱਚ ਥੋੜਾ ਰੈਸਟ ਕੀਤਾ ਕਿ ਹੁਣ ਅਸੀਂ ਵਾਪਸ ਜਾਣਾ ਤੇ ਉੱਥੇ ਦੀ ਮਾਰਕੀਟ ਫਿਰ ਤੋਂ ਕੀ ਐਕਸਪਲੋਰ ਕੀਤੀ ਫਿਰ ਅਸੀਂ ਖਾਧੀ ਜੀ ਸਪੈਸ਼ਲ ਮੈਗੀ ਕਿ ਉਸ ਤੋਂ ਬਿਨਾ ਨਹੀਂ ਜਾਣਾ ਆਪਾਂ ਦੇ ਮੋਮੋਸ ਖਾਧੇ ਉੱਥੇ ਦੇ ਮਾਰਕੀਟਸ ਹੈਗੀਆਂ ਨੇ ਬਟ ਮਾਰਕੀਟਸ ਵਿੱਚ ਮੈਨੂੰ ਇੰਨਾ ਨਹੀਂ ਲੱਗਿਆ ਕਿ ਬਹੁਤ ਜ਼ਿਆਦਾ ਕੁਝ ਉਹਨਾਂ ਦਾ ਟ੍ਰੈਡੀਸ਼ਨਲ ਨਹੀਂ ਹੈ ਖਾਸ ਮਤਲਬ ਇਹ ਉੱਥੇ ਸਰਦੀਆਂ ਦੀਆਂ ਚੀਜ਼ਾਂ ਜ਼ਿਆਦਾ ਨੇ ਜਿਹੜਾ ਮੈਂ ਇਸ ਟਾਈਮ 'ਚ ਜਾਂਦਾ ਉਹਦਾ ਮਨ ਹੀ ਨਹੀਂ ਕਰਦਾ ਹੈਗਾ ਲੈਣ ਵਾਸਤੇ ਔਰ ਉਹ ਮੇ ਵੀ ਜੋ ਕੱਪੜੇ ਵੀ ਹੈ ਉਹਨਾਂ ਦੇ ਇਦਾਂ ਦੇ ਕਰਕੇ ਠੀਕ ਹੈ ਉਹਨਾਂ ਦੇ ਹਿਸਾਬ ਨਾਲ ਠੀਕ ਹੈ ਪਰ ਆਪਾਂ ਨੂੰ ਇੰਨਾ ਜ਼ਿਆਦਾ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਾਂਗੀ ਕਿਉਂਕਿ ਅਸੀਂ ਤਾਂ ਗੱਡੀ ਵਿੱਚ ਕੰਫਰਟੇਬਲ ਸੀਗੇ ਬਟ ਉੱਥੇ ਮੈਨੂੰ ਹੋਰ ਚੀਜ਼ ਬਹੁਤ ਵਧੀਆ ਲੱਗੀ ਉੱਥੇ ਤੁਹਾਨੂੰ ਬਾਈਕਸ ਤੇ ਸਾਈਕਲਸ ਮਿਲਦੇ ਨੇ ਤਾਂ ਅਗਰ ਤੁਸੀਂ 3-4 ਦਿਨਾਂ ਵਾਸਤੇ ਰਹਿਣਾ ਹਾਈਲੀ ਰეკਮੈਂਡਡ ਕਿ ਤੁਸੀਂ ਨਾ ਗੱਡੀ ਆਪਣੀ ਖੜਾ ਦਿਓ ਉਹ 700 ਰੁਪਏ ਕੋਸਟ ਕਰਦੇ ਨੇ
अपनी बाइक लो अपना साइकिल लो कर सकते हो। सो दोस्तों यह जी सारा बीर बिलिंग शुरू तो लेकर एंड तक तीन चार दिन जो रहे किस तरीके रहे कि कौसी की होया सारा कुछ दसता जी। तो मैं तो जरूर रिकमेंड करूंगा कि तुम जरूर जाके आओ सारे जने नजारे लो और हमने टाइम है हले मतलब जुलाई शुरू होने वाला फिर गड़बड़ होनी है मौसम उत्थे ऐ बदल जाता है। सो दोस्तों थोड़ा सारे का बहुत बहुत धन्यवाद जी। थैंक यू सो मच एवरीबॉडी ध्यान रखो अपना सारे का जी रब रख।